ਬਠਿੰਡਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ 5178 ਅਧਿਆਪਕਾਂ ਦੇ ਵੱਲੋਂ ਕਾਲੀ ਦੀਵਾਲੀ ਮਨਾ ਕੇ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਅਧਿਆਪਕਾਂ ਨੇ ਬਾਜ਼ਾਰਾਂ ਵਿੱਚ ਦੀਵੇ ਵੀ ਰੱਖ ਕੇ ਵੇਚੇ। ਇਸ ਮੌਕੇ ਤੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਅਸੀਂ ਅੱਜ ਇੱਥੇ 5178 ਦੇ ਬਠਿੰਡਾ ਦੇ ਅਧਿਆਪਕ ਕਾਲੀ ਦੀਵਾਲੀ ਮਨਾ ਰਹੇ ਹਾਂ। ਸਾਡੀ 5178 ਮਾਸਟਰ ਕੇਡਰ ਯੂਨੀਅਨ, ਅਸੀਂ ਮਾਸਟਰ ਕੇਡਰ ਦੇ ਤਹਿਤ ਪੰਜਾਬ ਸਰਕਾਰ ਵੱਲੋਂ 2014 'ਚ ਰਿਕਰੂਟ ਕੀਤੇ ਗਏ ਸੀ ਅਤੇ ਸਾਨੂੰ ਕਿਹਾ ਗਿਆ ਸੀ ਕਿ 3 ਸਾਲ ਦੇ ਠੇਕੇ ਤੋਂ ਬਾਅਦ ਤੁਹਾਨੂੰ ਪੂਰੀ ਤਨਖਾਹ 'ਤੇ ਰੈਗੂਲਰ ਕੀਤਾ ਜਾਏਗਾ। ਇਹ ਸਾਡੇ ਕੋਲ ਬਕਾਇਦਾ ਆਰਡਰ ਹੈ ਅਤੇ ਇਹ 3 ਸਾਲ ਅਸੀਂ ਨਵੰਬਰ 2017 'ਚ ਪੂਰੇ ਕਰ ਲਏ ਅਤੇ ਸਾਡੇ ਕੇਸ ਵੀ ਮੰਗਾਲੇ ਸੀ ਸਰਕਾਰ ਨੇ ਬਕਾਇਦਾ ਸਾਨੂੰ ਪੱਕੇ ਕਰਨ ਵਾਸਤੇ, ਰੈਗੂਲਰ ਕਰਨ ਵਾਸਤੇ। ਪਰ ਹੁਣ ਸਰਕਾਰ ਹੈ ਜਿਹੜੀ ਇਸ ਕੰਮ 'ਚ ਢਿੱਲ ਕਰ ਰਹੀ ਹੈ ਅਤੇ ਇਹਦਾ ਕੋਈ ਪ੍ਰੋਪਰ ਜਵਾਬ ਵੀ ਮਹਿਕਮੇ ਵੱਲੋਂ ਸਾਨੂੰ ਨਹੀਂ ਦਿੱਤਾ ਜਾ ਰਿਹਾ ਵੀ ਕਿਉਂ ਸਾਨੂੰ 17 ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਜਿਹੜਾ ਸਾਡਾ। ਅਸੀਂ ਜੀ ਸਰ ਇਹ ਕਹਿਣਾ ਚਾਹੁੰਦੇ ਵੀ ਨਵੰਬਰ 17 ਤੋਂ ਸਾਡਾ ਫੁੱਲ ਪੇ 'ਤੇ ਹੋਣਾ ਬਣਦਾ ਸੀਗਾ, ਪਰ ਜਿਹੜੀ ਸਰਕਾਰ ਹੈਗੀ ਆ ਉਹ ਸਾਨੂੰ 1 ਅਪ੍ਰੈਲ ਤੋਂ ਲਾਰਾ ਲਾ ਰਹੀ ਹੈ ਵੀ 1 ਅਪ੍ਰੈਲ ਤੋਂ 19 ਤੋਂ ਕਰਾਂਗੇ, ਯਾਨੀ ਕਿ ਸਾਡੇ 17 ਮਹੀਨੇ ਦਾ ਸ਼ੋਸ਼ਣ ਕਰਨ ਨੂੰ ਹੋਰ ਤਿਆਰ ਬੈਠੀ ਹੈ। ਅਸੀਂ ਉਸ ਤੋਂ ਪਹਿਲਾਂ 6,000 ਰੁਪਏ ਦੇ ਕੰਮ ਕੀਤਾ ਨਵੰਬਰ 14 ਤੋਂ ਲੈ ਕੇ, ਨਵੰਬਰ 14 ਆ ਗਿਆ, 15, 16, 3 ਸਾਲ ਸਾਡੇ ਟੱਪ ਚੁੱਕੇ ਹੈ, ਉਸ ਤੋਂ ਉੱਪਰ 1 ਸਾਲ ਸਾਡਾ ਟੱਪ ਗਿਆ, ਸਾਡੇ ਬਰਦਾਸ਼ਤ ਦੀ ਹੱਦ ਬਾਹਰ ਹੋ ਚੁੱਕੀ ਹੈ। 8ਵਾਂ ਸਾਲ ਲੱਗ ਗਿਆ ਸਾਨੂੰ ਕਾਲੀ ਦੀਵਾਲੀ ਮਨਾਉਂਦਿਆਂ ਨੂੰ। 2011 ਦਾ ਅਸੀਂ ਟੈਂਟ ਪਾਸ ਕੀਤਾ, 2011 ਤੋਂ ਲੈ ਕੇ ਨੌਕਰੀ ਵਾਸਤੇ ਅਸੀਂ ਭਟਕਦੇ ਪਏ ਹਾਂ, 12 'ਚ ਅਸੀਂ ਪੋਸਟਾਂ ਕਢਵਾਈਆਂ 5178, 14 ਦੇ ਵਿੱਚੋਂ ਭਰੀਆਂ ਜਾਂਦੀਆਂ ਨੇ, 17 ਤੱਕ ਅਸੀਂ ਰੈਗੂਲਰ ਹੋਣਾ ਸੀਗਾ, 18 ਆ ਗਿਆ, ਪਰ ਅਜੇ ਸਰਕਾਰ ਦਾ ਕੋਈ ਪਤਾ ਨਹੀਂ, ਸਰਕਾਰ ਇਹ ਲਾਰੇ ਲਾ ਰਹੀ ਹੈ ਸਾਡਾ।